हाँ जी गुड मॉर्निंग जी, सत श्री अकाल सारयां नूं, की हाल चाल आ सारयां दा। हाँ जी हुण बाहरला शीशा टुट गया, हुण अंदरला शीशा मैं तोड़ देना जी, कह के हुण आ शीशे मूहरे खड़ी रहिंदी अंदरों आ के 10 मिनट, अंदर शीशा नहीं हैगा, जिहड़े शीशे नूं देख लैंदी शीशा टुट ही जांदा, पता नहीं की गल आ। होर बेचारा शेंख भी सुन्ना सुन्ना जिहा हो गया इधर। हैलो जी, हुण ओह शीशा टुट गया ना, तैनूं दस्सां मैं, तेरी लगनी नीत, इहदी मम्मी जिहड़ा शीशा इह देखदी ओही टुट जांदा, देख ला इहदी नीत बहुत भैड़ी आ, जिहड़े शीशे च नहीं सोहणी लगदी कह दिंदी नाले शीशे नूं, कोई ना कोई शीशा टुट जांदा गुस्से च। होर फिर तू काहदे कहिंदी हुंदी आ ते शीशा गुस्सा करके टुट जांदा। ते बाकी इधर तुसीं इक दिन कमेंट कीता सी, तुसीं पार्क बना लो सोहणी लगूगी, पार्क बनाउणी करन, तुसीं बनाउणी आप, प्लानिंग काफी करांगे। अच्छा सोचा है, चल ठीक है, ਕੇਰਨੇ ਦਾ ਪਲੈਨਿੰਗ ਕਰਦੀ ਹੈ, ਨਕਸ਼ੇ ਤਿਆਰ ਕਰਦੀ ਹੈ, ਮਤਲਬ ਘਰੇ ਰਹਿ ਕੇ ਇਹਨਾਂ ਦੀ ਨਕਸ਼ਿਆਂ ਦੀ ਦੁਕਾਨ ਹੈ, ਮੈਂ ਨਾਲ ਰੱਖੀ ਉਹ ਤਾਂ ਆਪਣੇ ਇਹੀ ਕੰਮ ਇੱਕ ਹੈ ਨਹੀਂ ਸੀਗਾ, ਇਹ ਕਿਰਨ ਨੂੰ ਨਹੀਂ ਕਰ ਲੈਂਦੇ ਨਕਸ਼ਿਆਂ ਵਾਲਾ ਕੰਮ, ਮੈਂ ਵੀ ਖਿੜਿਆ ਆ, ਮੈਂ ਵੀ ਫੁੱਲ ਖਿੜਿਆ ਹੀ ਆ, ਮੈਨੂੰ ਦੇਖ ਲਿਆ ਕਰੋ, ਕੱਲ ਇੰਨਾ ਕੁ ਸੀਗਾ ਅੱਜ ਵੱਡਾ ਹੋ ਗਿਆ। ਹੋਰ ਚਲੋ ਲੈ ਵੀ ਪ੍ਰਸ਼ਾਦ ਜਿਮ ਜਾਣ ਤੋਂ ਪਹਿਲਾਂ ਖਾਈਦਾ, ਅੱਜ ਦੁਪਹਿਰ ਕਿਸੇ ਨੂੰ ਸੁਣ ਲੱਗੇ, ਮੰਮੀ ਕਹਿੰਦੀ ਸਾਡੇ ਉਹ ਵੀ ਫੁੱਲ ਦੇਖੋ, ਦੇਖੋ ਚਲੀਏ। ਫਾਈਨਲੀ ਆਪਾਂ ਜਿਮ ਪੁੱਜ ਗਏ ਆ, ਕਈ ਦਿਨ ਹੋ ਗਏ ਸੀ ਗੱਲ ਕਹੀ ਨਹੀਂ, ਮਹੀਨੇ ਹੋ ਗਏ ਕਿਹਾ ਸੀ ਕਦੇ, ਹੁਣ ਕਿਹਾ, ਹੁਣ ਦੁਬਾਰਾ ਨੀ ਕਹਿਣਾ ਹੋਊਗਾ, ਤੁਸੀਂ ਏਦਾਂ ਦੱਸਣਾ ਹੋਊਗਾ, ਠੀਕ ਨੇ, ਮੰਮੀ ਦੇ ਆਪਾਂ ਕੁੜਤੇ ਕਰਨ ਤੇ ਕਿਰਨ ਹੋਣੀ ਆਪਣੇ ਕੱਪੜੇ ਦੇਖਣ ਲੱਗ ਗਏ। ਹੈਲੋ ਮੌਕਾ ਹੀ ਚਾਹੀਦਾ ਹੈ, ਮਾੜਾ ਜਿਹਾ ਨਾਂ ਲੈ ਦੋ ਬਸ। ਕਿਰਨ ਦੀਆਂ ਮੌਜਾਂ 'ਚ ਲੱਗੀਆਂ ਪਈਆਂ ਆ, ਇੱਕ ਟੋਪ ਲੈਂਦੀ ਨੇ, ਪੰਜ ਟੋਪ ਲੈ ਲੈ, ਹੁਣ ਜੁੱਤੀਆਂ ਵੱਲ ਵੀ ਧਿਆਨ ਨਾ, ਮੈਨੂੰ ਲੱਗਦਾ ਨਾ ਇਹਨੂੰ ਤਾਂ ਬਹਾਨਾ ਚਾਹੀਦਾ ਪਾਉਣ ਦਾ, ਫਿਰ ਨਹੀਂ ਨਿਕਲਦੀ ਛੇਤੀ। ਮੈਂ ਅੱਜ ਕੁਛ ਨਹੀਂ ਕਿਹਾ, ਅੱਜ ਮੈਂ ਆਪ ਵੀ ਉਹਨੂੰ ਲੈ ਕੇ ਦਿੱਤੀਆਂ ਚੀਜ਼ਾਂ, ਪਰ ਫਿਰ ਵੀ ਇਹਨੇ ਪਰ ਕਦੇ ਨਹੀਂ ਕਿਰਨ ਨੇ ਕਿਹਾ ਵੀ ਹੁਣ ਬਸ ਕਰ, ਇੰਨਾ ਖਰਚਾ ਨਾ ਕਰਾਵਾਂ, ਫਿਰ ਆ ਗਈ ਜੁੱਤੀਆਂ ਵੱਲ ਨੂੰ, ਉਹ ਘਰ ਸੱਦਾ ਕੁੱਜ ਘਰ ਵਾਜਾ ਮਾਰਦਾ ਮੈਨੂੰ ਯਾਰ, ਕਿਰਨ ਮੈਂ ਡਾਈਟ ਡੂਇਟ ਵੀ ਲੈਣੀ ਜਾ ਕੇ ਛੇਤੀ ਕਰ, ਤੂੰ ਤਾਂ ਯਾਰ ਹੱਟਦੀ ਨਹੀਂ, ਫਿਰ ਹਾਂ ਇਹ ਸ਼ੂਜ਼ ਜਿਹਾ ਸੋਹਣੇ ਲੱਗ ਦਿੰਦੇ, ਮੈਨੂੰ ਲੱਗਾ ਇਹ ਉੱਦਾਂ ਹੀ ਚੱਪਲਾਂ ਚੁੱਪਲਾਂ, ਇਹ ਸ਼ੂ ਹੈ ਤਾਂ ਸੌ ਗਏ ਹੋ, ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ, ਓ ਸੌ ਗਏ ਹੋ, ਪਿੰਕ ਹੈਗੇ ਲੈ ਤੀ ਪਰਸ ਚੋਜ, ਬਹੁਤ ਖਰਚਾ ਕਰਦੀ ਬਈ, ਹੁਣ ਰੱਜੀ ਨਹੀਂ ਹਜੇ ਤੱਕ। ਉਹ ਹੈਲੋ ਰੱਜ ਦੀ ਤੂੰ ਕਿੱਥੇ ਆ, ਤੂੜੀ ਪਾਉ ਤੈਨੂੰ ਘਰੇ ਜਾ ਕੇ, ਆ ਜਾ ਆ ਜਾ, ਹੋਰ ਪੱਠੇ ਵੀ ਆਪਣੇ ਖਤਮ ਹੋਏ, ਤੂੜੀ ਨਾ ਰੱਜਿਆ ਕਰੀ, ਚਲੋ ਠੀਕ ਹੈ, ਇਹਨਾਂ ਨੂੰ ਬਸ ਆਹੀ ਕੁਝ ਦੱਸਣਾ ਹੁੰਦਾ ਨੀ, ਚਲੀਏ ਹਜੇ ਸ਼ੋਪਿੰਗ ਮੁੱਕੀ ਨਹੀਂ, ਮਤਲਬ ਹੈ ਹੁਣ ਜੁੱਤੀ ਵੀ ਲੈਣੀ ਹੈ ਨਾਲ, ਟੋਪ ਲੈ ਲਿਆ, ਟੋਪ ਨਾਲ ਕਹਿੰਦੇ ਜੁੱਤੀ ਵੀ ਚਾਹੀਦੀ ਹੁੰਦੀ, ਜ਼ਰੂਰੀ ਹੈ। ਅੱਛਾ ਐਨੀਵਰਸਰੀ ਦੀਆਂ ਤਿਆਰੀਆਂ ਸ਼ੁਰੂ ਵੀ ਹੋ ਗਈਆਂ, ਹੋਰ ਚਲੋ ਮਤਲਬ ਸ਼ੋਪਿੰਗ ਜਿਹੜੀ ਐਨੀਵਰਸਰੀ ਦੀ ਹੋ ਰਹੀ ਆ, ਹੈਲੋ ਐਨੀਵਰਸਰੀ ਦਾ ਦੋ ਜੁੱਤੀਆਂ ਪਾਉਣੀਆਂ, ਜਿੱਦਾਂ ਪੈਰ ਥੱਕ ਗਿਆ ਜੇ ਹੀਲ ਨਾਲ ਫੇਰ ਪੰਜਾਬੀ ਜੁੱਤੀ ਪਾ ਲੂੰਗੀ ਬਾਅਦ ਚੋਂ, ਆਪਾਂ ਕਿਹੜਾ ਪੈਸੇ ਦੇਣੇ ਆ, ਮੁੜ ਕੇ ਦੁਬਾਰਾ ਅਸੀਂ ਕਿਹੜਾ ਪੈਸੇ ਦੇ ਕੇ ਜਾਣੇ ਜੁੱਤੀ ਦੇ, ਇੱਦੇ ਲੈ ਜਾਣੀ ਭਾਜੀ ਦਿਖਾਈ ਨਾ ਜਾਓ, ਫਿਰ ਤੁਸੀਂ ਕਹਿਣਾ ਸਭ ਤੋਂ ਵਧੀਆ ਲੈ ਗਏ, ਅਸੀਂ ਨੀ ਪੈਸੇ ਦੇਣੇ ਅੱਜ, ਅਸੀਂ ਸੋਚ ਕੇ ਆਏ ਅਸੀਂ ਘਰੋਂ, ਅਸੀਂ ਅੱਜ ਲੁੱਟ ਲੈਣਾ ਸਵੇਰੇ ਸਵੇਰੇ ਭਾਜੀ ਨੂੰ, ਦੁਪਹਿਰੇ ਦੁਪਹਿਰੇ ਗਰਮੀ ਚ ਮੈਂ ਪਾ ਲੈਣਾ,
ਤੇ ਜਿਹੜੇ ਉਹ ਪਿੰਕ ਜੇ ਸ਼ੂਜ਼ ਹੈ ਉਹ ਵੀ ਮੈਂ ਇੱਥੋਂ ਲਏ ਸੀਗੇ ਪੰਜਾਬੀ ਤੇ ਇਹਨਾਂ ਨੇ ਲਈ ਆਪਣਾ ਵੀ ਦੱਸੋ ਹਾਂ ਆ ਮੈਂ ਲਈ ਆ ਆਪਣਾ ਲੈ ਕੋ ਲਈ ਇੱਕ ਮੈਂ ਉਹ ਪਿੰਕ ਪਿੰਕ ਲਈ ਆ ਉਹ ਕਿੱਥੇ ਗਈ ਉਹ ਪੈਕ ਹੋ ਗਈ ਐਡੀ ਚ ਮੈਂ ਪਿੰਕ ਲਈ ਸੋਹਣੀ ਆ ਬੈਲਵਰਟ ਚ ਆ ਉੱਪਰ ਤੇ ਬਾਕੀ ਇੰਸਟਾਗ੍ਰam ਤੇ ਦੇਖ ਲਓ ਤੁਸੀਂ ਬਸੀ ਫੁੱਟਵੇਅਰ ਚੱਲੀਏ ਜਾਣਾ ਮੈਂ ਹੋ ਗਈ ਸ਼ਾਪਿੰਗ ਬੱਲਾ ਮੈਂ ਕੁਛ ਕਿਹਾ ਹੁਣ ਤੂੰ ਸ਼ੂਜ਼ ਲੈ ਆ ਲੈ ਮੇਰੀ ਬਾਨੂ ਕਹਿੰਦਾ ਰਹਿਣਾ ਸੂਟ ਕਿੱਥੋਂ ਲੱਗਦਾ ਨੇ ਕਿਤੇ ਵੀ ਨਹੀਂ ਬਸ ਲੈ ਦੇ ਤੇ ਟੌਪ ਦੇ ਨੂੰ ਨੇ ਮੈਨੂੰ ਕਿਹਾ ਸੀ 3000 ਰੁਪਿਆ ਦੇ ਦੇ ਮੇਰਾ ਫੇ ਹਜੇ 3 ਵੀ ਨਹੀਂ ਪੂਰਾ ਹੋਇਆ ਹੋਏ ਇਹ ਥੋੜਾ ਪੂਰਾ ਹੋਣਾ ਸੀ ਇਦਾਂ ਕੈਸ਼ ਦੇ ਦੂੰ ਮੈਂ ਨਹੀਂ ਕੁਝ ਵੀ ਨਹੀਂ ਮਿਲਣਾ ਨਾ ਕੈਸ਼ ਨਾ ਕੁਝ ਵੀ ਨਹੀਂ ਛੁੱਟੀਆਂ ਲਿਖ ਲਿਓ ਹੁਣ ਲਿਖਣਾ ਪੈਣਾ ਮਹੀਨਾ 2 ਮਹੀਨੇ ਧਾਰ ਚਲੋ ਦੇਖਦੇ ਆ ਸੂਟ ਰਹਿ ਗਏ ਬਾਕੀ ਖਤਮ ਨਹੀਂ ਮੈਂ ਕੌਣ ਤੇ ਜਦੋਂ ਦੇਖ ਲਓ ਸ਼ੀਸ਼ਾ ਸ਼ੀਸ਼ਾ ਹੁਣ ਗੱਡੀ ਦਾ ਸ਼ੀਸ਼ਾ ਵੀ ਤੜਾਉਣਾ ਸਾਡੀ ਤਾਂ ਤੇ ਕੀ ਹੋਇਆ ਮੈਂ ਕਹਿੰਦਾ ਸੁਣ ਖਰਚ ਕੇ ਸੋ ਹੀ ਜਾਂਦਾ ਅਕਸਰ ਬੰਦਾ ਸੌ ਗਿਆ ਹੋਰ ਯਾਰ ਬਹੁਤ ਖਰਚਾ ਹੋ ਗਿਆ ਯਾਰ ਕੁਛ ਤਾਂ ਕੁਛ ਸੌ ਗਿਆ ਹਾਲਿਆ ਐਨਵਰਸਰੀਆਂ ਹੋ ਗਈਆਂ ਬਰਥਡੇ ਹੋ ਗਏ ਤੇ ਨਾ ਹੀ ਹੁਣ ਇਹ ਦਿਨ ਨਾ ਮਨਾਇਆ ਕਰੋ ਯਾਰ ਇਹ ਜਿੰਨੇ ਦਿਨ ਆਪਾਂ ਮਨਾਉਨੇ ਉਹਨਾਂ ਜ਼ਿਆਦਾ ਖਰਚਾ ਹੁੰਦਾ ਉਹ ਤੂੰ ਜੁੱਤੀ ਪਿੰਕ ਕਲਰ ਪਿੰਕ ਸੂਟ ਤੈਨੂੰ ਟੌਪ ਵੀ ਚਾਹੀਦੇ ਸੀ ਹਾਏ ਤੈਨੂੰ ਸੂਟ ਵੀ ਚਾਹੀਦੇ ਆ ਫਿਰ ਉਹ ਬਹੁਤ ਕੁਝ ਚਾਹੀਦਾ ਕਿ ਨਹੀਂ ਮੇਰੀ ਟੌਰ ਬਣਾਤੀ ਗੁੱਡੀ ਕਿੱਥੇ ਜੋ ਟੌਪ ਪਸੰਦ ਕਰ ਕਰ ਕੇ ਦਿੰਦਾ ਸੀ ਨਾ ਇੱਧਰ ਪੁੱਛਣਾ ਟੌਰ ਦਿਲ ਦੀ ਵੀ ਬਹੁਤ ਬਣੀ ਆ ਮੈਨੂੰ ਦਿਖਾਉਂਦੀ ਸੀ ਉਹ ਪੂਰੀ ਕਹਿੰਦੀ ਹੁਣ ਹਾਏ ਮੈਨੂੰ ਇਦਾਂ ਦਾ ਘਰ ਵਾਲਾ ਮਿਲੇ ਇਹਦਾ ਸਾਰੇ ਕਹਿੰਦੇ ਕਹਿੰਦੇ ਇਦਾਂ ਦਾ ਘਰ ਵਾਲਾ ਮਿਲੇ ਕੀ ਕਰੀਏ ਪਰ ਮੈਂ ਇੱਕੋ ਬਣਿਆ ਸੀਗਾ ਮੇਰੀ ਕਾਪੀ ਵੀ ਨਹੀਂ ਬਣੀ ਮੁੜ ਕੇ ਡੈਡੀ ਬੱਲੇ ਡੈਡੀ ਸਤਿ ਸ੍ਰੀ ਅਕਾਲ ਕਿ ਤਾਂ ਠੀਕ ਆ ਟੀਵੀ ਦੇਖੀ ਜਾਂਦਾ ਹੈ ਮੀਮੋ ਪਾਊਗਾ ਕਿ ਨਹੀਂ ਇਹ ਯਾਰ ਗੱਜਦਾ ਖਬਰਾਂ ਚ ਕੀ ਕਹਿੰਦੇ ਆ ਰਾਵਾਂ ਹਲੇ 3-4 ਦਿਨ ਕਹਿੰਦੇ ਹੋ ਕਹਿੰਦੇ ਪੈਣਾ ਹੋ ਗਈ ਗੱਲ ਸੋਫਾ ਨਹੀਂ ਨਹੀਂ ਸੋਫਾ ਕੀ ਕਹਿੰਦਾ ਹੁੰਦਾ ਮੈਨੂੰ ਸਿੱਧਾ ਨਾ ਰੱਖੋ ਬੱਲੇ ਮੰਮੀ ਵੀ ਆ ਗਈ ਦੇਖਾ ਜਦੋਂ ਅਸੀਂ ਰੌਣਕ ਜੀ ਲੱਗ ਜਾਂਦੀ ਘਰ ਚ ਨਾ ਜਦੋਂ ਮੈਂ ਆਉਣਾ ਮੈਂ ਫੋਨ ਕੀਤਾ ਫੋਨ ਨਹੀਂ ਚੱਕਿਆ ਜਦੋਂ ਮੈਂ ਆਉਣਾ ਨਾਲੇ ਰੌਣਕ ਲੱਗ ਜਾਂਦੀ ਆ ਮੈਨੂੰ ਕੀਤਾ ਫੇ ਮੇਰਾ ਤਾਂ ਫੋਨ ਸਾਈਲੈਂਟ ਤੇ ਹੋਣਾ ਕਿਰਨ ਨਾਲ ਤੇ ਕਰ ਲੈ ਮੇਰਾ ਤਾਂ ਫੋਨ ਸਾਈਲੈਂਟ ਤੇ ਸੀਗਾ ਨਹੀਂ ਨਹੀਂ ਮੇਰਾ ਸਾਈਲੈਂਟ ਸੀਗਾ ਅੱਜ ਮੈਂ ਉੱਥੇ ਅੱਛਾ ਮੰਮੀ ਆਹ ਦਾ ਲਾਂਬਾ ਦਿੱਤਾ ਤੇ ਆਉਂਦੀ ਨੂੰ ਇੱਕੋ ਹੀ ਫੋਨ ਆਇਆ ਮੈਨੂੰ ਤਾਂ ਇੱਕੋ ਵਾਰੀ ਕਰਨਾ ਸੀਗਾ ਆ ਦੇਖ ਲੈ ਮੰਮੀ ਹੁਣ ਦੂਜੀ ਵਾਰੀ ਕਰਦੇ ਮੰਮੀ ਨੇ ਕਿਹਾ ਨਹੀਂ ਵੀ ਇੰਨੇ ਫੋਨ ਕੀਤੇ ਮੈਂ ਫੋਨ ਕਿੰਨੀਆਂ ਲਿਸਟਾਂ ਲਾਈਆਂ ਆਣੀਆਂ ਮੰਮੀ ਸ਼ਾਪਿੰਗ ਕਰਕੇ ਆਈ ਕਹਿੰਦਾ ਮੰਮੀ ਸ਼ਾਪਿੰਗ ਕਰੀ ਹੈ ਐਨਵਰਸਰੀ ਦੀ ਸ਼ਾਪਿੰਗ ਕਰ ਲਈ ਇਹਨੇ ਉਹ ਤੇਰੇ ਕੁੜਤੇ ਦੇ ਕੇ ਆਪਣੇ ਟੌਪ ਟੂਪ ਲੈ ਹੀ ਅਗਲੀ ਮੰਮੀ ਨੇ ਕਿਹਾ ਸੀ ਮੰਮੀ ਨੇ ਕਿਹਾ ਮੰਮੀ ਨੇ ਕਿਹਾ ਸੀ ਮੈਂ ਟੌਪ ਤਾਂ ਉਹਨਾਂ ਨੂੰ ਦੱਸਿਆ ਇਹਨੂੰ ਐਵੇਂ ਚਮਲਾਇਆ ਐ ਇਹਨਾਂ ਕਹਿੰਦੀ ਮੰਗਾ ਦਵਾਂਗੇ ਡੈਡੀ ਮੰਮੀ ਦੇ ਕੁੜਤੇ ਸੀਗੇ ਮੋੜ ਕੇ ਆਪਣੇ ਲੈ ਆਈ ਗਿਆ ਹੀ ਨਹੀਂ ਛੜੀ ਕਹਿੰਦਾ ਵਧੀਆ ਇਹ ਗਿਆ ਨਹੀਂ ਹੈਗਾ ਸ਼ਹਿਰ ਨੂੰ ਮੈਂ ਕਿਹਾ ਚੱਲ ਮੈਂ ਕਵਾਂ ਸਾਦੇ ਆਉਂਦੇ ਆਉਂਦੇ ਲੈ ਆਇਓ ਤਾਂ ਓਹੋ ਚੱਲ ਕੋਈ ਮੈਂ ਦੁਬਾਰਾ ਜਾ ਕੇ ਲੈ ਆਵਾਂ ਬੈਠ ਕੇ ਆ ਗਿਆ ਗਰੰਟੀ ਹੈਗੀ ਮੈਂ ਜੂਸ ਵੀ ਨਹੀਂ ਪੀਤਾ ਅੱਜ ਤਾਂ ਅੱਜ ਤਾਂ ਜੂਸ ਵੀ ਨਹੀਂ ਪੀਤਾ ਦੋ ਤਾਂ ਸੌਦੇ ਆ ਬੇਇੱਜ਼ਤੀ ਬਹੁਤ ਹੁੰਦੀ ਕਰਨ ਦੀ ਦੇਖ ਲਓ ਜਦੋਂ ਵੀ ਮੈਂ ਘਰੇ ਆਉਣਾ ਨਾਲੇ ਰੌਣਕਾਂ ਲੱਗ ਜਾਂਦੀਆਂ ਨਾ ਨਾਲੇ ਮੰਮੀ ਦੇ ਨਾਲ ਸੁੱਤੀ ਪਈ ਉੱਠ ਕੇ ਆ ਜਾਂਦੀ ਆ ਅੱਛਾ ਅੰਦਰ ਉਹ ਮਤਲਬ ਮੇਰੇ ਆਉਣ ਨਾਲ ਰੌਣਕਾਂ ਆ ਜਾਂਦੀਆਂ ਜਿੱਥੇ ਮੈਂ ਹੁੰਦਾ ਉੱਥੇ ਰੌਣਕਾਂ ਆਉਂਦੀਆਂ ਤੇ ਇਹਨਾਂ ਨੇ ਕੋ ਰੌਣਕ ਤਾਂ ਸੁਸਤੀ ਆ ਤੂੰ ਤਾਂ ਤੂੰ ਸੌਂ ਜਾਂ ਨਹੀਂ ਘਰੇ ਆ ਕੇ ਪਰ ਨਜ਼ਾਰੇ ਤੇਰੇ ਤਾਂ ਰੌਣਕਾਂ ਲੱਗਦੀਆਂ ਤੇ ਮੈਂ ਆਇਆ ਦੇਖ ਹੁਣ 5 ਮਿੰਟ ਚ ਰੌਣਕਾਂ ਲੱਗ ਗਈ ਹੁਣ ਸ਼ਾਮ ਤੱਕ ਰੌਣਕਾਂ ਰਹਿਣੀਆਂ ਸ਼ਾਮ ਤੱਕ ਫਿਰ ਰੌਣਕਾਂ ਲਾ ਦੇਣੀਆਂ ਇਦਾਂ ਆ ਹਜੇ ਡੈਡੀ ਦਾ ਧਿਆਨ ਪਤਾ ਕੀ ਆ ਮੇਨ ਖਬਰਾਂ ਲੱਭਦਾ ਪਿਆ ਡੈਡੀ ਗੱਲਾਂ ਮੁੱਕੀਆਂ ਮੈਂ ਡੈਡੀ ਕੋਲ ਚ ਮੁੱਕੀਆਂ ਆ ਸ਼ਾਮ ਨੂੰ ਗੱਲਾਂ ਬਣਨੀਆਂ ਹਾਂਜੀ ਤੇ ਲਓ ਜੀ ਹੁਣ ਟਾਈਮ ਹੋ ਗਿਆ ਸ਼ਾਮ ਦੇ 5 ਵੱਜ ਗਏ ਆ ਤੇ ਹੁਣੇ ਹੁਣੇ ਜਾ ਕੇ ਮੈਂ ਇੱਕ ਗ੍ਰੀਨ ਟੀ ਲੈ ਕੇ ਆਇਆ ਜਿਹਦਾ ਨਾਮ ਆ ਆਰਗੈਨਿਕ ਕਿਦਾਂ ਟੇਸਟ ਵਧੀਆ ਆ ਲੈਮਨ ਟੇਸਟ ਜਿਹਾ ਕਰਨ ਕਹਿੰਦੀ ਨਹੀਂ ਵਧੀਆ ਨਹੀਂ ਹੈਗਾ ਹੁਣੇ ਹੁਣੇ ਮੈਂ ਸੁੱਤਾ ਉੱਠੇ ਉੱਠ ਕੇ ਦੇਖਿਆ ਗ੍ਰੀਨ ਟੀ ਮੁੱਕ ਗਈ ਸੀ ਤਾਂ ਮੀਂਹ ਵਜਾ ਕੇ ਲੈ ਗਏ ਆ ਤੇ ਮੀਂਹ ਪੈਂਦਾ ਪਿਆ ਆ ਸ਼ਾਇਦ ਹੁਣ ਇੱਕ ਦੋ ਮੀਂਹ ਇੱਦਾਂ ਦੇ ਪੈ ਕੇ ਠੰਡ ਹੋ ਜਾਣੀ ਮੈਨੂੰ ਲੱਗਦਾ ਕਿ ਨਹੀਂ ਹੋ ਜੂਗੀ ਮੌਸਮ ਥੋੜ੍ਹਾ ਚੇਂਜ ਤਾਂ ਹੋ ਗਿਆ ਆ ਹੁਣ ਅਸੀਂ ਏਸੀ ਬੰਦ ਕੀਤਾ ਹੋਇਆ ਪੱਖਾ ਹੀ ਬੰਦ ਕੀਤਾ ਹੋਇਆ ਹੁਣ ਠੰਡ ਲੱਗਣ ਲੱਗ ਗਈ ਸੀ ਹਾਂਜੀ ਹਾਂਜੀ ਕੱਢ ਦਿਓ ਬਸ ਪੀ ਲੈਣੀ ਆਪਾਂ ਤੁਹਾਨੂੰ ਪਤਾ ਹੀ ਆ ਅਤੇ ਹਜੇ ਕਰਨ ਨੇ ਆਪਣੇ ਕੱਪੜੇ ਵੀ ਦਿਖਾਉਣੇ ਮੰਮੀ ਨੂੰ ਜਿਹੜੇ ਸ਼ੂਸ਼ਾ ਲੈ ਕੇ ਉਹ ਵੀ ਦਿਖਾਉਣੇ ਕਾਲੀ ਹੋਈ ਸੀ ਮੈਂ ਕਿਹਾ ਤੂੰ ਮੰਮੀ ਉਹਨਾਂ ਨੂੰ ਵੀ ਸੌਣ ਲੈਣ ਦੇ ਆਪ ਵੀ ਸੌਂਦਾ ਬਾਅਦ 'ਚ ਦਿਖਾ ਲਈ ਉੱਠ ਕੇ ਹੁਣ ਦਿਖਾ ਦੇ ਜਾ ਵੀ ਆਈ ਮੇਰੇ ਸੁੱਤੇ ਸੁੱਤੇ ਜਾਏ ਯਾਰ ਕੀ ਉਹ ਯਾਰ
ਕੋਈ ਦੱਸੋ ਹੱਲ ਹੁੱਲ ਮੈਨੂੰ ਤੰਗ ਕੀਤਾ ਪਿਆ ਮੈਨੂੰ ਇਹਨਾਂ ਦੋਨਾਂ ਨੇ ਰਲ ਕੇ ਹੋਰ ਆ ਲੈਣਾ ਆ ਲੈਣਾ ਦਾ ਬਲੈਕ ਡਰੈਸ ਫੁੱਲ ਪਲੇਨ ਆ ਨਾਲ ਉਹ ਦੁਪੱਟਾ ਡਿਜ਼ਾਈਨ ਦੇ ਜੋ ਬਹੁਤ ਸੋਹਣਾ ਲੱਗਦਾ ਸੀ ਅੱਛਾ ਜੀ ਹੋਰ ਕੁਝ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਮੈਨੂੰ ਬੜਾ ਮੂਡ ਖਾਣਾ ਬਿਲਕੁਲ ਚੰਗਾ ਨਹੀਂ ਲੱਗਦਾ ਵੀਡੀਓ ਚ ਕਿਉਂ ਮੇਰਾ ਮੂੰਹ ਫੁੱਲੀ ਜਾਂਦਾ ਪਤਾ ਨਹੀਂ ਮੈਂ ਖਾਂਦੀ ਵੀ ਨਹੀਂ ਕੌਣ ਖਾਂਦਾ ਮੈਂ ਇੰਨਾ ਖਾਂਦੀ ਇੱਕ ਰੋਟੀ ਖਾਣੀ ਚੱਲ ਦੱਸਦੇ ਜਦੋਂ ਕਿਤੇ ਜਾਂਦੀ ਹੈ ਫਿਰ ਪਰੌਂਠੇ ਖਾਂਦੇ ਪਨੀਰ ਵਾਲੀ ਤੇ ਉਦਾਂ ਇਹ ਕੁਲਚਾ ਵੀ ਖਾਂਦੀ ਆਵਾਂ ਸਰ ਜਾ ਕੇ ਜਿਹੜਾ ਉਹ ਨਾਨ ਹੁੰਦਾ ਉਹਨੂੰ ਕੁਲਚਾ ਕਹਿੰਦੇ ਉੱਥੇ ਕੋਈ ਖਾਂਦੀ ਹੁੰਨੀ ਆ ਉਹ ਤਾਂ ਬੰਦ ਆ ਜਿਮ ਕਰਕੇ ਜੇ ਆਪਾਂ ਨਾ ਕੋਈ ਇਦਾਂ ਦੀ ਚੀਜ਼ ਖਾਂਦੇ ਇੱਕ ਮਿੰਟ ਤੇ ਇਹ ਮਹਾਰਾਜ ਹੋਣੀ ਰਾਤ ਨੂੰ ਜਦੋਂ ਆਪਾਂ ਸੌਂ ਜੀ ਤਾਂ ਦੋ ਪੈਕਟ ਕੁਰਕਰੇ ਦੇ ਵੀ ਖਾਂਦੇ ਮੈਨੂੰ ਅੱਜ ਰਾਤੀ ਪਤਾ ਲੱਗਾ ਪਹਿਲਾਂ ਇੱਕ ਡਿੱਗਿਆ ਥੱਲੇ ਦੂਸਰਾ ਵਿੱਚ ਨਿਕਲਿਆ ਪਰਸੋਂ ਦਾ ਸੀ ਉਹ ਪਰਸੋਂ ਦਾ ਸੀ ਉਹ ਚਿੰਨਾ ਪੂਰਾ ਚੂਰਾ ਰਹਿੰਦਾ ਸੀ ਉਹ ਵੀ ਖਾਤਾ ਮੁੜ ਕੇ ਖੋਲ ਮਕਾਇਆ ਖਾਣਾ ਮੈਨੂੰ ਮੈਨੂੰ ਜ਼ਿਆਦਾ ਹੋ ਗਈ ਥੋੜੀ ਜਿਹੀ ਫਿਰ ਮੈਂ ਕਿਹਾ ਹੁਣ ਮੈਂ ਦੋ ਖਾ ਲੈਣੀ ਉਹ ਪੈਕਟ ਦੇ ਲਈ ਭਾਵੇਂ ਉਹ ਚ ਇੱਦਾਂ ਹੀ ਪਏ ਆ ਬਸ ਦੋ ਤਿੰਨ ਲੇਜ਼ ਖਾਦੇ ਸੀ ਅੱਛਾ ਗਿਣ ਕੇ ਰੱਖੇ ਸੀਗੇ ਮੈਂ ਹੁਣ ਤੂੰ ਗਿਣਾ ਵੇੜਾ ਕੱਢ ਕੇ ਖਾਂਦੇ ਨਾ ਮੈਂ ਤੋੜ ਤੋੜ ਕੇ ਨਾਲੇ ਸੀਰੀਅਲ ਦੇਦੀ ਸੀ ਇਹ ਜਿੱਦਣ ਗੱਲ ਦੱਸ ਇਹ ਜਿਮ ਲਾ ਕੇ ਆਪਾਂ ਕੋਈ ਦਿਨ ਚੀਜ਼ ਖਾਣੀ ਨਾ ਪਹਿਲਾਂ ਬੰਦਾ ਘੱਟ ਮੋਟਾ ਹੁੰਦਾ ਫਿਰ ਜ਼ਿਆਦਾ ਹੁੰਦਾ ਉਹਨਾਂ ਜੇ ਹੁਣ ਜਿਮ ਬੰਦ ਕਰੂੰਗੀ ਤੂੰ ਇਹਦਾ ਪਰੌਂਠੇ ਖਾਈ ਗਈ ਤੂੰ ਕਮੈਂਟ ਪੜਿਆ ਨਹੀਂ ਨਹੀਂ ਕਮੈਂਟ ਨਹੀਂ ਪੜਿਆ ਸੌਂ ਲੱਗੇ ਤੈਨੂੰ ਆਪਣੇ ਕੋਲ ਦੱਸ ਦੇਵੇ ਮੇਰਾ ਆਈਡੀਆ ਇਹ ਕਿਉਂਕਿ ਇੰਨਾ ਕੁ ਮੈਨੂੰ ਪਤਾ ਆ ਲੈਮਨ ਟੀ ਤੇ ਆਪਾਂ ਹੁਣ ਲੈਮਨ ਟੀ ਦਾ ਇੰਜੋਏ ਕਰਦੇ ਆ ਨਾਲ ਨਾਲ ਤੇ ਨਾਲ ਨਾਲ ਲੱਟ ਨਹੀਂ ਮੈਨੂੰ ਲੱਟਾਂ ਲੁੱਟਾਂ ਸੈੱਟ ਨਹੀਂ ਹੋਣੀਆਂ ਕਿਉਂਕਿ ਮੈਂ ਉਹ ਵਾਲ ਗਿੱਲੇ ਹੋਏ ਹੋਏ ਬਾਹਰੋਂ ਮੀਂਹ ਵਿੱਚੋਂ ਆਇਆ ਸੀਗਾ ਮੈਂ ਮੋਟਰਸਾਈਕਲ ਤੇ ਗਿਆ ਸੀ ਮੀਂਹ ਪੈਂਦਾ ਪਿਆ ਬਾਹਰ ਕੀ ਹੋਇਆ ਮੇਰੇ ਸਿੰਗ ਵੀ ਤਾਂ ਖੜੇ ਸੀ ਚਲ ਤੇਰੇ ਸਿੰਗਾਂ ਦਾ ਕੀ ਆ ਸੁੱਤੇ ਉੱਠ ਕੇ ਬੰਦੇ ਦਿੰਦੇ ਤੂੰ ਸੁੱਤੀ ਵੀ ਆ ਮੈਂ ਵੀਡੀਓ ਅਪਲੋਡ ਕਰਦੀ ਸੀ ਨਾਲ ਕਿੰਨਾ ਟਾਈਮ ਦਾ ਵੀਡੀਓ ਪਾਉਣ 2 ਮਿੰਟ ਹੁਣ ਤਾਂ 5 ਮਿੰਟ ਲੱਗਾ ਫਿਰ ਮੈਂ 2 ਘੰਟੇ ਸੌਂ ਕੇ ਉੱਠ ਖੜਿਆ ਤੂੰ 5 ਮਿੰਟ ਤੇਰੇ ਲੱਗੇ ਹੈ ਕੋ ਹੋਰ ਕੰਮ ਹੈ ਨਹੀਂ ਸੂਟਾਂ ਦਾ ਬਿਨਾ ਪਤਾ ਨਹੀਂ ਯਾਰ ਮੈਨੂੰ ਹੋਰ ਤਰ੍ਹਾਂ ਹੋਈ ਜਾਂਦੀ ਜਿੱਦਾਂ ਮੇਰੇ ਕੋਲ ਕੱਪੜੇ ਨਹੀਂ ਹੁੰਦੇ ਮੈਨੂੰ ਐਦਾਂ ਲੱਗੀ ਜਾਂਦਾ ਮੈਨੂੰ ਹੋਰ ਲੈ ਦੋ ਹੋਰ ਲੈ ਦੋ ਅੱਛਾ ਜੀ ਕਿੰਨੇ ਲਿਓ ਪਤਾ ਕਿਸੇ ਕੋ ਨਹੀਂ ਇੰਨੇ ਕੱਪੜੇ ਨੇ ਜਿੰਨੇ ਤੂੰ ਲਈ ਫਿਰਦੀ ਆ ਉਹ ਚੰਗਾ ਜੀ ਹੋਰ ਪੀ ਲਈਏ ਲੈਮਨ ਹੋਰ ਝੂਠ ਨਾ ਬੋਲ ਕੀ ਝੂਠ ਨਾ ਮੈਂ ਤੈਨੂੰ ਕਦੋਂ ਕਹਤਾ ਯਾਰ ਤੂੰ ਟੌਪ ਨਾ ਲੈਂਦੀ ਕਿੰਨਾ ਚੱਲ ਲਿਆ ਕੀ ਕੀ ਚੱਲ ਲਿਆ ਫਿਰ ਜੋ ਚੱਲੀ ਫੇਰ ਕਹਿੰਦਾ ਕੋਈ ਦਿਨ ਸਾਰੇ ਕੰਮ ਕਰ ਲੈਣੇ ਚੱਲ ਇਹ ਹੋਰ ਕਿਸੇ ਦਿਨ ਲਈ ਰੱਖ ਲੈ ਕੌਣ ਚੱਲੀ ਸੀ ਮੈਨੂੰ ਕਰਦੀ ਸੀ ਮੈਂ ਨਹੀਂ ਕੱਲੀ ਨਹੀਂ ਜਾਣਾ ਮੈਂ ਨਾਲ ਚੱਲ ਐਦਾਂ ਕੌਣ ਕਹਿੰਦਾ ਸੀ ਮੈਂ ਕਹਿੰਦੀ ਸੀ ਮੈਂ ਫਿਰ ਮੇਰੇ ਜੇ ਮਾੜਾ ਮੋਟਾ ਕੰਮ ਹੋ ਫਿਰ ਬੰਦਾ ਚੱਲ ਆਪ ਚੱਲ ਜਾਂਦਾ ਅੱਛਾ ਜੀ ਫਿਰ ਮੈਨੂੰ ਪਤਾ ਤੇ ਟਾਈਮ ਲੱਗਣਾ ਹੀ ਫਿਰ ਵੀ ਜਾਂਦਾ ਸੀ ਚੰਗਾ ਜੀ ਠੀਕ ਠਾਕ ਹੈ ਤੇ ਮਿਲਦੇ ਹਾਂ ਹੁਣ ਲੈਮਨ ਟੀ ਪੀ ਲਈਏ ਤੇ ਉਸ ਤੋਂ ਬਾਅਦ ਚ ਮਿਲਦੇ ਥੋੜੇ ਫਰੈਸ਼ ਹੋ ਕੇ ਅੱਜ ਡੈਡੀ ਵੀ ਘਰੇ ਹੀ ਆ ਮੀਂਹ ਪੈਂਦਾ ਡਰ ਲੱਗਦਾ ਕਹਿੰਦੇ ਕੈਮਰਾ ਪਿਸਤੌਲ ਨਾਲ ਵੀ ਭੈੜਾ ਆ ਕਪਤਾਨ ਨੂੰ ਖਾ ਲੈਂਦੀ ਮਤਲਬ ਇਹ ਕਪਤਾਨ ਨੂੰ ਖਾ ਲੈਂਦੀ ਆ ਠੀਕ ਹੈ ਚਲੋ ਹੈ ਐਡੀ ਵੱਡੀ ਗੱਲ ਕਰਨ ਦੇ ਦਿਮਾਗ 'ਚ ਹੈਗੇ ਸਾਰੇ ਜਣੇ ਇਹਨੂੰ ਆਪਾਂ ਮੋਹਰੇ ਸਨਮਾਨਿਤ ਕਰਨਾ ਆ ਸੋ ਸਾਰੇ ਜਣੇ 5-5 ਰੁਪਏ ਪਾਏ ਲਓ ਟਰੋਫੀ ਲਿਆਉਣੀ ਪੈਣੀ ਵੱਡੀ ਕਿਤੇ ਦੇਖ ਕੇ ਠੀਕ ਆ ਚਲੋ ਠੀਕ ਹੈ ਮਿਲ ਦੋਟਿਆ ਉਹ ਬਸ ਭਰਾਵਾ ਪਾਣੀ ਵਾਲੀ ਆ ਮੈਂ ਜਿਮ ਜਾਂਦਾ ਓਕੇ ਇੱਦਾਂ ਨਹੀਂ ਗੱਲ ਨਹੀਂ ਕਹਿਣੀ ਹੋਊਗੀ ਮੈਨੂੰ ਪਤਾ ਸੀ ਕੱਚ ਦੀਆਂ ਬੋਤਲਾਂ ਤਾਂ ਰੱਖੀਆਂ ਇਹ ਦੋਕ ਕਿਉਂਕਿ ਇਹ ਚ ਪਾਣੀ ਬਹੁਤ ਠੰਡਾ ਹੋ ਜਾਂਦਾ ਸੋ ਡੈਡੀ ਚ ਪੀ ਲੈਂਦੇ ਮੈਂ ਵੀ ਪੀ ਲੈਣਾ ਮੈਨੂੰ ਪਸੰਦ ਹੈ ਨਾ ਵਿੱਚ ਉਹ ਮੰਮੀ ਆਹੋ ਪੀਂਦੀ ਨੇ ਪਾਣੀ ਮੰਮੀ ਉਹ ਪਲਾਸਟਿਕ ਦੀ ਬੋਤਲ ਪੀਂਦੀ ਹੈ ਜਿਹੜੇ ਬੋਤਲ ਚ ਕੀ ਆ ਗਿਆ ਸੋਚਣ ਵਾਲੀ ਗੱਲ ਆ ਬੋਤਲ ਤਾਂ ਸਾਡੇ ਉੱਧਰ ਤਿਆਰ ਹੋਈ ਹੋਊਗੀ ਸੌ ਗਏ ਹੋ ਨਹੀਂ ਜੀ ਚਾਹ ਪੀਂਦੇ ਆ ਅਜਿਆ ਜੀ ਚਾਹ ਦੇ ਕੇ ਸਾਰੇ ਸੌਂ ਹੀ ਜਾਂਦੇ ਨੇ ਚਲੋ ਹੁਣ ਮੈਂ ਪੀ ਲਵਾਂ ਟਾਈਮ ਹੋ ਗਿਆ ਰਾਤ ਦੇ 8:30 ਤੇ ਹੁਣ ਟਾਈਮ ਆ ਗਿਆ ਕਿਰਨ ਦਾ ਕੱਪੜੇ ਦਿਖਾਉਣ ਦਾ ਮੰਮੀ ਨੂੰ ਸੌਰੀ ਨਾ ਬੋਲ ਮੰਮੀ ਰੈਡੀ ਕੱਪੜੇ ਦੇਖਣ ਨੂੰ ਕਿਰਨ ਕਹਿੰਦੀ ਮੈਂ ਸ਼ੋਪਿੰਗ ਦਿਖਾਉਣੀ ਮੰਮੀ ਨੂੰ ਆਪਣੀ ਕਿਹੜੀ ਕਿਹੜੀ ਕੀਤੀ ਲੈ ਵੀ ਪਹਿਲਾਂ ਸਟਾਰਟਿੰਗ ਚੱਪਲਾਂ ਤੇ ਕਰਨੀ ਸੀ ਬਾਕਸ ਆ ਕੇ ਤੁਰਦੀ ਇਹ ਮਲਟੀ
ਪਰ ਉਹ ਚੀਜ਼ ਨਹੀਂ ਹੈਗੀ ਹੈ ਨਾ ਇਹਦੇ ਪਿੱਛੇ ਫੁੱਲ ਉਹ ਤਾਂ ਇਹ ਇਹਦੇ ਪਿੱਛੇ ਫੁੱਲ ਵੀ ਲੱਗਾ ਹੈ ਉਦਾਂ ਵੀ ਉਹ ਕੁਆਲਿਟੀ ਹੋ ਰਿਹਾ ਹਨਾ ਉਦਾਂ ਸੋਹਣੀ ਹੈ ਨਾ ਕਲਰ ਠੀਕ ਆ ਕਾਲੇ ਨੇ ਕਾਲੀ ਨਹੀਂ ਸੀ ਜਾਂ ਇਹ ਸੀ ਕਲਰ ਜਾਂ ਜਿਹੜਾ ਵੇਚੇ ਆ ਇੱਧਰ ਉਹ ਸੀਗਾ ਇਹ ਤਾਂ ਕੋਈ ਨਹੀਂ ਹਨਾ ਆ ਪੁੱਗਨੇ ਦੇ ਉਹ ਇਹ ਨਹੀਂ ਰਾਜ ਦਾ ਬੂਟਾ ਨਾ मैं नहीं कुछ पसंद किया मम्मी कहना रंग किदा होता है मैं कदों पसंद किया जी और की नहीं किया सी मैं नहीं पसंद किया कुछ भी आप ही लेके गई मैं वीडियो देखती होनी है आ की दूजी है क्रॉप टॉप अभी टॉप है फिर मैं जड़ी इन्हें सिलेक्ट किए सी मैं कहा कम मोड़ने ओहो थोड़ी शॉपिंग है बस कहती हजे भी दिल रज दी नहीं कपड़े ना कदे भी आया खत्म वीडियो भी एंड कर दी कर मैं नहीं जाना हूं बस मैं हूं सौन लगा टाइम बहुत हो गया मैं लेट तक जागदा नहीं ਉਦਾਂ ਦੀ ਅਮੀ ਹਾਈ ਨੈਕ ਹੈ ਵੀ ਪਰ ਉਹ ਓਰੀਜਨਲ ਹੈ ਉਹ ਓਰੀਜਨਲ ਦਾ ਟਿੰਬਰ ਲੈਣ ਦੇ ਇਹ ਕਾਪੀ ਆ ਉਹ ਨਾ ਮੰਗਾਉਂਦਾ ਹੀ ਨਹੀਂ ਮੈਂ ਲੱਗਦਾ ਉਹ ਮੰਮੀ ਇੱਕ ਵਾਰ ਉਹ ਕਰਾਉਣੇ ਆ ਪਾਲਿਸ਼ ਜੀ ਕਰਾਉਣੇ ਆ ਦੁਬਾਰਾ ਡਰਾਈ ਕਲੀਨ ਛੂ ਵੀ ਹੁੰਦੇ ਪਾਲਿਸ਼ ਪਾਲਿਸ਼ ਕਰਾਉਣੇ ਆ ਬਸ ਉਹ ਪਾਲਿਸ਼ ਕਰਾ ਕੇ ਪਾਇਆ ਕਰਨੇ ਫਿਰ ਹੁਣ ਸਿਆਲਾਂ 'ਚ ਆਪਾਂ ਇਹੀ ਪਾਉਣੇ ਹਾਈ ਨੈਕ ਸ਼ੂ ਗਰਮੀਆਂ ਨੂੰ ਆ ਪਾਈ ਦੇ ਸਿਆਲਾਂ ਨੂੰ ਇਹ ਪਾਈ ਦੇ ਆ ਚਲੋ ਠੀਕ ਆ ਹੁਣ ਤੁਹਾਨੂੰ ਮਿਲਦਾ ਥੋੜੇ ਟਾਈਮ ਤੱਕ ਆਪਾਂ ਆ ਕੰਮ ਕੁੰਮ ਕਰਨ ਹੁਣ ਸਾਂਭ ਲਿਓ ਆਪਣਾ ਸਮੇਟੋ ਵੀ ਸਮੇਟੋ ਜਲਦੀ ਹੁਣੇ ਹੁਣੇ ਇੱਕ ਲੋਲ ਹੋਈ ਕਿਰਨ ਨਾਲ ਇੱਕ ਬਾਲੀ ਖੋਈ ਸੀਗੀ ਦਿਖਾਈਏ ਤੈਨੂੰ ਕਰਕੇ ਹੈਗਾ ਫਰਕ ਹੈ ਇਹਦੀ ਅੰਬੇ ਆ ਛੋਟੀਆਂ ਦੇਖੋ ਆ ਵੱਡੀਆਂ ਹਨਾ ਇੱਕ ਇੱਕ ਜੁੱਤੀ ਕਿਰਨ ਨੂੰ ਹੋਰ ਦੇ ਦਿੱਤੀ ਇੱਕ ਹੋਰ ਦੇ ਦਿੱਤੀ ਤੈਨੂੰ ਪਤਾ ਨਹੀਂ ਲੱਗਾ ਉੱਥੇ ਦੋ ਜੋੜੇ ਮਲਟੀ ਚ ਸੀਗੇ ਸੇਮ ਹੀ ਸੀ ਡਿਜ਼ਾਈਨ ਇਹਨਾਂ ਦਾ ਦੋਨਾਂ ਦਾ ਇੱਕ ਇੱਕ ਪੀਸ ਲਿਆ ਕਿਰਨ ਨਹੀਂ ਮੈਂ ਤਾਂ ਇੱਕੋ ਜਿਹਾ ਲੱਗਦਾ ਪਾ ਕੇ ਦਿੱਤਾ ਪੈਰਾਂ ਚ ਦੋਨਾਂ ਦਾ ਕਿਰਨ ਨੇ ਇੱਕ ਇੱਕ ਪੀਸ ਲਿਆ ਇਹਨਾਂ ਦੋਨੇ ਪਸੰਦ ਸੀ ਆ ਛੋਟਾ ਆ ਚ ਵੱਡਾ ਆ ਅਸੀਂ ਆ ਵੀ ਕੰਮ ਕਰ ਲੀਦਾ ਨਾ ਬੰਨੇ ਹੋਰ ਇਹ ਤਾਂ ਜ਼ਰੂਰੀ ਆ ਕੀ ਕੀਤਾ ਉਹਦਾ ਮਹੀਨੇ ਬਾਅਦ ਖਾਣ ਲੱਗਾ ਜੀ ਨਹੀਂ ਨਹੀਂ ਕੀਤਾ ਕੀ ਆ ਇਹ ਪਹਿਲਾਂ ਭੁਜੀਆ ਜਗ੍ਹਾ ਚ ਇੱਧਰ ਟਾਈਮ ਦੇਖੋ ਕੀ ਹੋਇਆ ਪਿਆ ਮੇਰੇ ਕੋਲ ਭੁਜੀਆ ਸੀ ਪਵਨੇ ਕੋਲ ਕੁਰਕਰੇ ਸੀਗੇ ਹੈਨਾ ਜਿਵੇਂ ਮਿਕਸ ਕਰਕੇ ਅਸੀਂ ਇਹਨਾਂ ਦੋਨੇ ਚੀਜ਼ਾਂ ਮਿਕਸ ਕਰਕੇ ਹੁਣ ਖਾਣੇ ਆ ਤੇ ਨਾਲ ਨਾਲ ਫੋਨ ਚਲਾਉਨੇ ਆ ਹੈਨਾ ਹੋਰ ਤੇ ਚਲੋ ਠੀਕ ਆ ਮਹੀਨੇ ਬਾਅਦ ਖਾਦਾ ਹੁਣ ਨਾ ਤੁਸੀਂ ਕਹਿੰਦੇ ਹੁਣੇ ਪਹਿਲਾਂ ਕਿਹਾ ਕਿ ਡੈਡੀ ਨਾਲ ਗੱਲਾਂ ਕਰਦੇ ਜਾ ਕੇ ਖਾਤੀ ਨਹੀਂ ਕੀਤੀਆਂ ਉਦਾਂ ਹੀ ਡੈਡੀ ਹੈ ਨਾ ਚਲੇ ਗਏ ਸੀਗੇ ਡੈਡੀ ਸੌਂ ਗਏ ਡੈਡੀ ਪਹਿਲੇ ਸੌਂ ਗਏ ਫਿਰ ਤਾਂ ਕਰਕੇ ਫਿਰ ਡੈਡੀ ਨੂੰ ਪਰਨਾ ਵਗੈਰਾ ਬੰਨਣਾ ਪੈਣਾ ਸੀ ਦੁਬਾਰਾ ਹਨਾ ਹੁਣ ਅਸੀਂ ਸਵੇਰ ਨੂੰ ਮੀਟਿੰਗ ਕਰਾਂਗੇ ਕਿ ਡੈਡੀ ਸਵੇਰ ਨੂੰ ਕਰਾਂਗੇ ਗੱਲਾਂ ਹਨਾ ਸੋ ਚਲੋ ਠੀਕ ਆ ਹੁਣ ਫੋਨ ਚਲਾਈਏ ਪੁਈਆ ਖਾਈਏ ਨਜ਼ਾਰੇ ਲਈਏ ਕੌਣ ਕੌਣ ਇਦਾਂ ਖਾਂਦਾ ਰਿਹਾ ਸਾਡੇ ਨਾ ਇੱਦਾਂ ਦਾ ਮਿਲਦਾ ਹੁੰਦਾ ਸੀ ਉੱਥੇ ਪਿੰਡ ਕੁਰਕੁਰੇ ਵਾਲਾ ਭੁਜੀਆ ਬਣਨੇ ਚਿਪਸ ਵਾਲਾ ਵੀ ਮਿਲਦਾ ਸੀਗਾ ਕਿਹਾ ਚਲੋ ਠੀਕ ਆ ਹੁਣ ਪਵਨੇ ਨੇ ਤਾਂ ਸੁਣੀਆਂ ਨਹੀਂ ਮੇਰੀਆਂ ਗੱਲਾਂ ਸਵੇਰ ਨੂੰ ਮਿਲਦੇ ਆ ਹੁਣ ਤੁਹਾਨੂੰ ਗੁੱਡ ਨਾਈਟ ਬਾਏ ਬਾਏ ਹਾਂਜੀ ਤੇ ਲਓ ਜੀ ਜਿੱਦਾਂ ਤੁਹਾਨੂੰ ਅਸੀਂ ਰਾਤੀ ਕਿਹਾ ਸੀ ਕਿ ਅਸੀਂ ਸਵੇਰ ਨੂੰ ਐਂਟਿੰਗ ਕਰਾਂਗੇ ਕਨੋੜੇ ਲੈਟਸ ਗੋ ਫਾਰ ਅ ਬਾਗ ਡੇਲੀ ਇਨ ਅ ਰੇਨਿੰਗ ਹੈਪੀ ਰੇਨਿੰਗ ਡੇ ਜੋੜ ਜਾੜ ਲਾਇਆ ਸੀਗਾ ਰਲਾ ਮਿਲਾ ਕੇ ਦੇਖੀ 25 ਮਿੰਟ ਵਾਲੇ ਜ਼ਿਆਦਾ ਅਗਮੈਂਟ ਸੀ 20 ਤੋਂ 25 ਮਿੰਟ ਮੰਗ ਲੈਂਦੀ ਕਹਿਣਾ ਥੱਪੜ ਖਾਣਾ ਸੀ ਸੁਣਿਆ
चेता ही तेन भूलना अकल नहीं है बस बल्ले डैडी अच्छा अगे देखी सब्जी सट ली मीह कि पिया फिर दसो कहते डैडी थोड़ा मीह बहुत मंगता मीह पैंदा नी सवेर दा पई जांदा बेजा बेजा हो गए कहते हुण ठंड हो गई हूँ कूलर नहीं लेना ए सी भी नहीं हाँ मम्मी कितने ठंड हो गई मौसम बदल गया उदा ये पता कि आंटी जी सरपंच नहीं सू अगे ज्ञान बहुत आंटी जी पहले पता लग जाता है कदों की होना है डैडी ਵਧੀਆ ਹੋ ਗਿਆ ਨੁਕਸਾਨ ਵੀ ਲੋਕਾਂ ਦਾ ਬਹੁਤ ਹੋ ਗਿਆ ਹੁਣ ਝੋਨੇ ਡਿਗਣੇ ਵੀ ਬਹੁਤ ਆ ਨਾ ਮੀਂਹ ਪੈ ਗਿਆ ਮਟਰ ਵੀ ਜਿਹਨਾਂ ਦੇ ਵਿਚਾਰੇ ਦੇ ਆਲੂ ਮਟਰ ਆ ਹਾਂ ਹਾਲ ਆ ਕੋਈ ਭਾਅ ਤੇ ਪੱਟਾਂ ਦੇ ਨਾ ਕਿਸੇ ਦਾ ਢਾਬ ਹੋਵੇ ਨਾ ਹੋ ਰਿਹਾ ਨੁਕਸਾਨ ਆ ਨਹੀਂ ਆ ਡੈਡੀ ਤੈਨੂੰ ਕਹਿ ਗਈ ਮੰਮੀ ਜੀ ਅਲੱਗ ਅਲੱਗ ਕਹਿੰਦੀ ਦੁਨੀਆ ਕਿਸ ਤਰ੍ਹਾਂ ਵਿੰਦਾ ਜੀ ਹੈਗੀ ਨਹੀਂ ਹੁਣ ਤਾਂ ਲੋੜ ਹੈ ਨਹੀਂ ਮੀਂਹ ਤੁਸੀਂ ਪੱਗ ਦੇ ਕਰਦੇ ਸੀ ਪੈ ਕੇ ਚਲੋ ਪੈ ਗਿਆ ਸੀ ਪਹਿਲੇ ਤਾਂ ਇਹ ਠੰਡਾ ਕਿਦਾਂ ਹੁੰਦਾ ਕੋਈ ਠੰਡ ਨਹੀਂ ਹੁੰਦੀ ਗਰਮੀ ਬਹੁਤ जानवरों का भी गर्मी चौखा जी पर साड़ी फिक्र है जिम्मेदार झोने डिप साढ़े तो हाल इन्ना चंगा जी हवा है नहीं ਜੇ ਹਵਾ ਨਾਲ ਚੱਲ ਜਵੇ ਜਿੱਦਾਂ ਭਾਰੇ ਝੋਨੇ ਆ ਲੰਮੇ ਪੈ ਜਾਣੇ ਆ ਵਿੱਚ ਵਿੱਚ ਡਿੱਗ ਗਏ ਆਪਣੇ ਵੀ ਵਿੱਚ ਡਿੱਗ ਗਏ ਆ ਹਾਂ ਵਿੱਚ ਵਿੱਚ ਛੋਟੇ ਝੋਨੇ ਆ ਉਹ ਤਾਂ ਨਹੀਂ ਡਿੱਗਣੇ ਜਿਹੜੇ ਪੱਕ ਗਏ ਆ ਹਾਂ ਜਿਹੜੇ ਨਿਸਰ ਗਏ ਨੇ ਪੂਰੇ ਉਹ ਡਿੱਗ ਜਾਂਦੇ ਆ ਹੁਣ ਪੱਕੇ ਝੋਨੇ ਜਿਹੜੇ ਉਹ ਜਾਣ ਆ ਨਹੀਂ ਨਾਲ ਹੀ ਚ ਹਾਂ ਲੰਮੇ ਪੈ ਜਾਣੇ ਜੇ ਨਾ ਹਵਾ ਚੱਲ ਗਈ ਤਾਂ ਚਲੋ ਠੀਕ ਆ ਘੁਮਾ ਲੈ ਕੇ ਜਾਓਗੇ ਮੈਂ ਤੈਨੂੰ ਕਿਹਾ ਆ ਤੂੰ ਕਿੱਥੇ ਘੁੰਮੀ ਜਾਂਦੀ ਆ ਕਪਤਾਨ ਫੀਜੇ ਨੂੰ ਦੁਨੀਆ ਪਟੀਆਂ ਤੇ ਅੱਜ ਮੀਂਹ ਪੈਂਦਾ ਕਰਿਆ ਕਪਤਾਨ ਨੂੰ ਵੀ ਨਹੀਂ ਘੁਮਾਇਆ ਉਹਨੂੰ ਬੰਨਿਆ ਆਇਆ ਸੀ ਇਹਦਾ ਚੂੰ ਚੂੰ ਕਰੀ ਜਾਂਦਾ ਸੀ ਸਵੇਰ ਦਾ ਮੰਮੀ ਬੰਨ ਕੇ ਆਈ ਕੱਲ ਬੰਨੇ ਆ ਚਲੋ ਕੋਈ ਨਹੀਂ ਅੱਜ ਉਹਦੀ ਛੁੱਟੀ ਹੋ ਗਈ ਉਹਨੂੰ ਰੋਕ ਕੇ ਘੁਮਾਵਾਂਗੇ ਜੇ ਮੀਂਹ ਹਟ ਗਿਆ ਫਿਰ ਨਹੀਂ ਤਾਂ ਇੱਥੇ ਘਰੇ ਘੁੰਮ ਲੂਗਾ ਮੀਂਹ ਅੱਜ ਪੂਰੇ ਜ਼ੋਰਾਂ ਨਾਲ ਹੀ ਪਿਆ ਨਾ ਮੀਂਹ ਪੂਰੇ ਜ਼ੋਰ ਸੇ ਨਾਲ मेरे साथ पवनदीप सिंह डीडी न्यूज चैनल पे आपको मिलते हैं थोड़े टाइम में सो आप क्या कहना चाहोगे समाचार आज का समाचार डाइट बंद हो गई मोटे फे हो जाने फिर कहती डबल चेन निकल गई दोबारा मेरा मूँह एडा बड़ा कहनी कहीं मेरा मूँह एडा बड़ा हो गया अच्छा मैं जी भी बड़ी है हाँ मम्मी तुम ये कहना चाहते कुछ भी नहीं कहना चाहते मम्मी कहती मैं कुछ भी नहीं कहना चाहती चलो ठीक है ਜੇ ਮੁੜ ਕੇ ਦੁਬਾਰਾ ਤੁਸੀਂ ਖਾਣ ਲੱਗ ਪਏ ਦੁਬਾਰਾ 2 2 ਇੰਚ ਫੇਰ ਜ਼ਿਆਦਾ ਵੱਡਾ ਹੋ ਗਿਆ ਹਾਂ ਨਹੀਂ ਨਹੀਂ ਫੇਰ ਜ਼ਿਆਦਾ ਮੈਂ ਦੱਸਿਆ ਕਰਨ ਪਹਿਲਾਂ ਜਦੋਂ ਜਿਹੜੀ ਹੈ ਨਾ ਜਦੋਂ ਆਪਾਂ ਜਿਮ ਕਰਕੇ ਮੁੜ ਕੇ ਖਾਂਦੇ ਆ ਫਿਰ ਸਰੀਰ ਨੂੰ ਲੱਗਦਾ ਬਹੁਤ ਆ ਹਾਂ ਫਿਰ ਬੰਦਾ ਜ਼ਿਆਦਾ ਮੋਟਾ ਹੋ ਜਾਂਦਾ ਹਾਂਜੀ ਇਧਰ ਸੁਣ ਲਾ ਗੱਲ ਫੇਰ ਨਾ ਮੈਨੂੰ ਕੋਈ ਡਬਲ ਚਿੰਦ ਟਰਬਲ ਹੋ ਗਈ ਹਮ ਨਹੀਂ ਖਾਤੇ ਖਾਤੇ ਨਹੀਂ ਠੀਕ ਅੱਛੀ ਬਾਤ ਹੈ ਜੇ ਕਦੇ ਭੁੱਖ ਲੱਗ ਗਈ ਉਹਨਾਂ ਖਾ ਲਵੇ ਬਸ ਲਾਲਚ ਨਹੀਂ ਕਰਨਾ ਤੈਨੂੰ ਕਹਿੰਦੇ ਆ ਉਹ ਭਾਰ ਤਾਂ ਵੱਧਦਾ ਘਟਦਾ ਰਹਿੰਦਾ ਆ ਠੀਕ ਹੋਈ ਹੌਲੀ ਵਧੀ ਜਾਵੇ ਜਿੱਦਾਂ
ਨਾਰਮਲ ਜੇ ਵਧੀ ਜਾਵੇ ਚਲੋ ਠੀਕ ਹੈ ਤੇ ਹੁਣ ਆਪਾਂ ਇੱਥੇ ਆਹ ਵਾਲਾ ਬਲੌਗ ਐਂਡ ਕਰਦੇ ਹਾਂ ਅਤੇ ਤੁਹਾਨੂੰ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਵਧੀਆ ਲੱਗੀ ਤਾਂ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਸਾਡੀ ਇੰਸਟਾਗ੍ਰਾਮ 'ਤੇ ਸਨੈਪਚੈਟ ਆਈ ਡੀ ਹੈਗੀ ਆ ਪਵਨ ਕਿੰਮੀ 41 ਜਾਂ ਕਿੰਮੀ ਪਵਨ 41 ਸਪੇਸ ਬਸ ਵਿੱਚ ਗੱਬੇ 41 ਸਪੇਸ ਕੱਲ ਦੀ ਵੀਡੀਓ ਚੰਗਾ ਜੀ ਬਾਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ